ਛੋਟੇ ਭਰਾ ਨੇ ਹੀ ਕੀਤਾ ਆਪਣੇ ਵੱਡੇ ਭਰਾ ਦਾ ਕਤਲ। ਤੇਜ਼ਧਾਰ ਹਥਿਆਰਾਂ ਦੇ ਨਾਲ ਵੱਢ ਦਿੱਤਾ ਗਲਾ। ਪੈਸਿਆਂ ਨੂੰ ਲੈ ਕੇ ਦੋਨਾਂ ਵਿੱਚ ਹੁੰਦਾ ਸੀ ਝਗੜਾ। ਕਤਲ ਕਰਨ ਤੋਂ ਬਾਅਦ ਛੋਟਾ ਭਰਾ ਹੋਇਆ ਫਰਾਰ। ਤਾਂ ਦੱਸ ਦਈਏ ਕਿ ਇੱਕ ਭਰਾ ਦੇ ਵੱਲੋਂ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਤਾਂ ਤੇਜ਼ਧਾਰ ਹਥਿਆਰਾਂ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ। ਤਾਂ ਦੱਸ ਦਈਏ ਕਿ ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਮਨਜੋਤ ਸਿੰਘ ਦਾ ਬੀਤੀ ਰਾਤ ਉੱਤੇ ਛੋਟੇ ਭਰਾ ਮਨਪ੍ਰੀਤ ਸਿੰਘ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਇਸ ਸੰਬੰਧੀ ਮੁਲਜ਼ਮ ਵੱਲੋਂ ਰਾਤ ਸਮੇਂ ਕਤਲ ਕਰਨ ਤੋਂ ਬਾਅਦ ਪਿੰਡ ਦੇ ਸਰਪੰਚ ਨੂੰ ਫੋਨ ਵੀ ਕੀਤਾ ਗਿਆ ਸੀ ਕਿ ਸਾਡੇ ਘਰ ਦੇ ਵਿੱਚ ਬੰਦੇ ਪੈ ਗਏ ਨੇ। ਜਿਸ ਤੋਂ ਬਾਅਦ ਸਰਪੰਚ ਤੁਰੰਤ ਪੁਲਿਸ ਨੂੰ ਸੂਚਿਤ ਕਰਦੇ ਨੇ ਤੇ ਜਦ ਪੁਲਿਸ ਮੌਕੇ ਤੇ ਆ ਕੇ ਵੇਖਦੀ ਹੈ ਤਾਂ ਘਰ ਦੀਆਂ ਲਾਈਟਾਂ ਬੰਦ ਹੁੰਦੀਆਂ ਨੇ ਤੇ ਜਦ ਅੰਦਰ ਜਾ ਕੇ ਵੇਖਿਆ ਜਾਂਦਾ ਹੈ ਤਾਂ ਕਮਰੇ ਵਿੱਚ ਮਨਜੋਤ ਸਿੰਘ ਦੀ ਲਾਸ਼ ਪਈ ਹੁੰਦੀ ਹੈ, ਜਦਕਿ ਉਸਦਾ ਛੋਟਾ ਭਰਾ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ। ਤਾਂ ਦੱਸ ਦਈਏ ਕਿ ਦੋਨਾਂ ਭਰਾਵਾਂ ਦੇ ਵਿੱਚ ਅਕਸਰ ਪੈਸਿਆਂ ਨੂੰ ਲੈ ਕੇ ਲੜਾਈ ਹੁੰਦੀ ਰਹਿੰਦੀ ਸੀ। ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਮਾਤਾ ਪਿਤਾ ਦੀ ਛੋਟੇ ਹੁੰਦਿਆਂ ਹੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਹਨਾਂ ਦਾ ਪਾਲਣ ਪੋਸ਼ਣ ਇਹਨਾਂ ਦੀ ਦਾਦੀ ਦੇ ਵੱਲੋਂ ਕੀਤਾ ਗਿਆ। ਤਾਂ ਵੱਡਾ ਭਰਾ ਘਰ ਦੀ ਸਾਰੀ ਜ਼ਿੰਮੇਵਾਰੀ ਚੁੱਕਦਾ ਸੀ, ਜਦਕਿ ਛੋਟਾ ਭਰਾ ਨਸ਼ੇ ਦਾ ਆਦੀ ਸੀ ਅਤੇ ਅਕਸਰ ਹੀ ਪੈਸਿਆਂ ਨੂੰ ਲੈ ਕੇ ਘਰ ਦੇ ਵਿੱਚ ਲੜਾਈ ਕਰਦਾ ਰਹਿੰਦਾ ਸੀ। ਤਾਂ ਇਸ ਚੀਜ਼ ਨੂੰ ਲੈ ਕੇ ਇਸਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਤੇ ਹੁਣ ਇਸ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਉਹਦੇ ਵਿੱਚ ਇਹਦਾ ਸੀ, ਇਹਨਾਂ ਦੇ ਮਾਂ-ਬਾਪ ਛੋਟੇ ਹੁੰਦੇ ਤੇ ਮਰ ਗਏ ਸੀ ਦੋਨਾਂ ਭਰਾਵਾਂ ਦੇ, ਤੇ ਇਹ ਦੋਨੇ ਭਰਾ ਦਾਦੀ ਇਹਨਾਂ ਨੂੰ ਪਾਲਣ ਪੋਸ਼ਣ ਕੀਤਾ ਤੇ ਘਰ 'ਚ ਰਹਿੰਦੇ ਸੀ। ਜਿਹੜਾ ਮੁੰਡਾ ਮਰਨ ਵਾਲਾ ਹੈਗਾ ਇਹ ਕਰ ਸਕਦਾ ਤਾਂ ਸੀ ਘਰ ਦੇ ਵਿੱਚ ਤੇ ਪੈਸਾ ਧੇਲਾ ਸਾਰਾ ਇਹੀ ਦੇਖਦਾ ਸੀ। ਜਿਹੜਾ ਛੋਟਾ ਮੁੰਡਾ ਸੀ ਉਹ ਨਸ਼ੇ ਦਾ ਆਦੀ ਸੀ ਤੇ ਉਹ ਇਹਨਾਂ ਕੋਲ ਪੈਸਿਆਂ ਦੀ ਹਮੇਸ਼ਾ ਡਿਮਾਂਡ ਕਰਦਾ ਰਹਿੰਦਾ ਸੀ ਤੇ ਪੈਸੇ ਮੰਗਦਾ ਰਹਿੰਦਾ ਸੀ। ਉਹ ਇਸ ਕਰਕੇ ਕਦੀ ਲਾਲੂ ਤੇ ਚਲੇ ਵੀ ਜਾਂਦਾ ਸੀ ਘਰੋਂ ਬਾਹਰ ਚੱਲ ਜਾਂਦਾ ਸੀ ਤੇ ਹੁਣ ਵੀ ਇਹ ਥੋੜ੍ਹੇ ਦਿਨ ਪਹਿਲਾਂ ਲੜ ਕੇ ਗਿਆ ਸੀ ਤੇ 10-15 ਦਿਨ ਬਾਹਰ ਹੀ ਰਿਹਾ। ਹੁਣ ਦੁਬਾਰਾ ਇਹ ਫਿਰ ਵਾਪਸ ਆਇਆ ਤੇ ਪਿੰਡ ਵਾਲਿਆਂ ਨੇ ਇਹਨੂੰ ਕਿਹਾ ਕਿ ਤੇਰੇ ਘਰ ਟਿਕ ਜਾਏਗਾ। ਇਹਨੇ ਇਸੇ ਰੰਜਿਸ਼ ਕਰਕੇ ਨਾ ਵੀ ਮੈਨੂੰ ਖਰਚਾ ਪਾਣੀ ਦਿੰਦਾ, ਮੈਨੂੰ ਤੰਗ ਕਰ ਲਿਆ ਤੇ ਇਹਨੇ ਉਸ ਨੂੰ ਕਤਲ ਕਰਤਾ। ਨਹੀਂ, ਜਿਹੜਾ ਦੂਸਰਾ ਮੁੰਡਾ ਸੀ ਉਹ ਠੀਕ ਸੀ, ਉਹਨੇ ਬਾਹਰ ਜਾਣ ਦੀ ਤਿਆਰੀ ਸੀ, ਉਹ ਬਾਹਰ ਚੱਲਿਆ ਸੀ, ਉਹਦਾ ਨਹੀਂ ਕੋਈ ਇਹੋ ਜਿਹੀ ਗੱਲ। ਹਾਂ, ਐਫ ਆਈ ਆਰ ਦਰਜ ਕਰਤੀ ਹੈ, ਦੋਸ਼ੀ ਅਜੇ ਗ੍ਰਿਫਤਾਰ ਕਰਨਾ ਬਾਕੀ ਹੈ, ਦੋਸ਼ੀ ਭੱਜਿਆ ਹੋਇਆ, ਉਹਦੀ ਜਲਦੀ ਹੀ ਗ੍ਰਿਫਤਾਰੀ ਹੋ ਜਾਵੇ। ਹਾਂਜੀ, ਉਹ ਆ ਜਾਣੀ ਹੈ, ਦੋ ਤੋਂ ਤਿੰਨ ਘੰਟਾ ਲੈਣਗੇ ਮੌਕੇ ਦੀ ਜੋ ਐਵਰੇਜ ਕੀਤੀ ਜਾ ਰਹੀ ਹੈ।